ਰੇਡੀਓ ਸੁਰਸੰਗਮ ਤੇ ਅਗਲੀ ਖਬਰ ਸਾਂਝੀ ਕਰਦੇ ਹਾਂ ਜੋ ਕਿ ਕੈਨੇਡਾ ਦੇ ਵੱਖ-ਵੱਖ ਪੁਲਿਸ ਅਦਾਰਿਆਂ ਤੇ ਪ੍ਰਮੁੱਖ মিডিਆ ਅਦਾਰਿਆਂ ਤੋਂ ਲਈ ਗਈ ਹੈ ਐਡਮਿੰਟਨ ਅਤੇ ਟੋਰਾਂਟੋ ਵਿੱਚ ਪਿਛਲੇ ਹਫ਼ਤੇ ਕੀਤੀਆਂ ਗਈਆਂ ਤਿੰਨ ਪੰਜਾਬੀਆਂ ਦੀਆਂ ਹੱਤਿਆਵਾਂ ਨੂੰ ਪੁਲਿਸ ਵੱਲੋਂ ਬ੍ਰਿਟਿਸ਼ ਕੋਲੰਬੀਆ ਦੀ ਗੈਂਗਵਾਰ ਨਾਲ ਜੋੜ ਕੇ ਵੇਖਿਆ ਜਾ ਰਿਹਾ ਇਸ ਬਾਰੇ ਪ੍ਰਮੁੱਖ মিডিਆ ਅਦਾਰੇ ਨੇ ਖਬਰ ਛਾਪੀ ਹੈ ਉਹਨਾਂ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਦੀ ਧਰਤੀ ਵੈਂਕੂਵਰ ਅਤੇ ਆਸ-ਪਾਸ ਦੇ ਖੇਤਰਾਂ ਤੋਂ ਸ਼ੁਰੂ ਹੋਈ ਇਹ ਗੈਂਗਵਾਰ ਕਿਵੇਂ ਹੁਣ ਦੇਸ਼ ਦੇ ਦੂਸਰੇ ਹਿੱਸਿਆਂ ਵਿੱਚ ਤੇਜ਼ੀ ਨਾਲ ਫੈਲ ਗਈ ਹੈ ਆਪਕੀ ਨੂੰ ਦੱਸਦੀ ਹੈ ਕਿ ਪਿਛਲੇ ਬੁੱਧਵਾਰ ਬੀਸੀ ਦੇ ਯੂਨਾਈਟਿਡ ਨੇਸ਼ਨ ਦੇ ਗੈਂਗਸਟਰ ਪਰਮਵੀਰ ਚਾਹਲ ਦੀ ਟੋਰਾਂਟੋ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਉਸ ਤੋਂ ਅਗਲੇ ਦਿਨ ਵੀਰਵਾਰ ਨੂੰ ਹੀ ਐਡਮਿੰਟਨ ਵਿੱਚ ਹਰਪ੍ਰੀਤ ਸਿੰਘ ਉਪਲਨਾ ਦੇ ਵਿਅਕਤੀ ਦੀ ਤੇ ਉਸਦੇ 11 ਸਾਲਾ ਮਾਸੂਮ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਹਰਪ੍ਰੀਤ ਸਿੰਘ ਉਪਲ ਦਾ ਸਬੰਧ ਬ੍ਰਦਰਜ਼ ਕੀਪਰਜ਼ ਗੈਂਗ ਨਾਲ ਦੱਸਿਆ ਗਿਆ। ਪੁਲਿਸ ਦੇ ਦੱਸਣ ਮੁਤਾਬਕ ਗੈਂਗवार ਵਿੱਚ ਸ਼ਾਮਲ ਲੋਕਾਂ ਨੇ ਆਪਸ ਵਿੱਚ ਮੂੰਹ ਜ਼ੁਬਾਨੇ ਸਮਝੌਤਾ ਕੀਤਾ ਹੋਇਆ ਹੈ ਕਿ ਆਪਣੀ ਲੜਾਈ ਵਿੱਚ ਬੱਚਿਆਂ ਨੂੰ ਨਹੀਂ ਮਾਰਨਾ। ਪਰ ਐਡਮਿੰਟਨ ਵਿੱਚ ਇਸ ਤਾਜ਼ਾ ਘਟਨਾ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਗੈਂਗਸਟਰਾਂ ਨੇ ਆਪਸੀ ਸਮਝੌਤਾ ਵੀ ਤੋੜ ਦਿੱਤਾ ਹੈ। ਯਾਦ ਰੱਖੇ ਕਿ ਹਰਪ੍ਰੀਤ ਉਪਲ ਤੇ ਉਸਦੇ ਪਰਿਵਾਰ ਉੱਪਰ ਵੀ 2021 ਵਿੱਚ ਗੋਲੀਆਂ ਚਲਾਈਆਂ ਗਈਆਂ ਜਦੋਂ ਰੈਸਟੋਰੈਂਟ ਵਿੱਚ ਪੀਜ਼ਾ ਖਾ ਰਿਆ ਸੀ ਉਸ ਵੇਲੇ ਉਪਲ ਉੱਪਰ ਬਚ ਗਿਆ ਸੀ ਐਡਮਿੰਟਨ ਪੁਲਿਸ ਨੇ ਪਿਛਲੇ ਦਿਨੀ ਇਹ ਦੱਸਿਆ ਸੀ ਕਿ 11 ਸਾਲਾਂ ਦੇ ਲੜਕੇ ਦੀ ਭੁਲੇਖੇ ਨਾਲ ਨਹੀਂ ਸਗੋਂ ਮਿੱਥ ਕੇ ਹਤਿਆ ਕੀਤੀ ਗਈ ਪੁਲਿਸ ਨੇ ਇਹ ਵੀ ਦੱਸਿਆ ਕਿ ਹਰਪ੍ਰੀਤ ਉਪਲ ਐਡਮਿੰਟਨ ਦੇ ਕ੍ਰਾਈਮ ਦਰਸ਼ਤੇ ਵੱਡਾ ਚਿਹਰਾ ਸੀ ਪਰ ਪੁਲਿਸ ਨੇ ਇਹ ਨਹੀਂ ਕਿਹਾ ਕਿ ਉਹ ਕਿਸੇ ਖਾਸ ਗਰੁੱਪ ਨਾਲ ਜੁੜਿਆ ਹੋਇਆ ਸੀ ਪੁਲਿਸ ਨੇ ਇਹ ਵੀ ਨਹੀਂ ਦੱਸਿਆ ਕਿ ਉਪਲ ਦੀ ਹਤਿਆ ਕਿਸੇ ਦਾ ਬਦਲਾ ਲੈਣ ਲਈ ਕੀਤੀ ਗਈ ਜਾ ਹੁਣ ਉਪਲ ਦੀ ਹਤਿਆਤ ਤੋਂ ਬਾਅਦ ਕਿਸੇ ਹੋਰ ਦਾ ਬਦਲਾ ਲਿਆ ਜਾਵੇਗਾ। ਪੋਸਟ ਮੀਡੀਆ ਗਰੁੱਪ ਦੀ ਇੱਕ ਖਬਰ ਮੁਤਾਬਕ ਉਪਲ ਬ੍ਰਦਰਜ਼ ਕੀਪਰ ਗੈਂਗ ਦਾ ਮੈਂਬਰ ਸੀ। ਜਦ ਕਿ ਚਾਹਲ ਯੂਐਨ ਗੈਂਗ ਦਾ ਮੈਂਬਰ ਸੀ। ਖਬਰ ਵਿੱਚ ਇਹ ਵੀ ਦੱਸਿਆ ਗਿਆ ਕਿ ਦੋਵਾਂ ਧੜਿਆਂ ਦੀ ਲੜਾਈ ਹੁਣ ਕੰਟਰੋਲ ਤੋਂ ਬਾਹਰ ਹੈ। ਇਹ ਕਦੇ ਵੈਨਕੂਵਰ ਤੋਂ ਸ਼ੁਰੂ ਹੋਈ ਸੀ ਤੇ ਹੁਣ ਦੇਸ਼ ਭਰ ਵਿੱਚ ਫੈਲ ਗਈ ਹੈ। ਇਸੇ ਦੌਰਾਨ ਐਡਮਿੰਟਨ ਪੁਲਿਸ ਨੇ ਉਸ ਜਗ੍ਹਾ ਦੀ ਫੋਟੋ ਤੇ ਵੀਡੀਓ ਜਾਰੀ ਕੀਤੀ ਹੈ। ਇਸ ਜਗ੍ਹਾ ਤੇ ਹਰਪ੍ਰੀਤ ਉਪਲ ਤੇ ਉਸਦੇ 11 ਸਾਲਾ ਬੇਟੇ ਦੀ ਹਤਿਆ ਕੀਤੀ ਗਈ। ਪੁਲਿਸ ਵੱਲੋਂ ਜਾਰੀ ਵੀਡੀਓ ਵਿੱਚ ਕਾਲੇ ਰੰਗ ਦੀ BMW ਗੱਡੀ ਵਿਖਾਈ ਗਈ ਜੋ ਕਿ ਚੋਰੀ ਕੀਤੀ ਹੋਈ ਸੀ। ਇਸ ਦੇ ਨਾਲ ਹੀ ਸ਼ੱਕੀਆਂ ਦੀ ਇੱਕ 34 ਸੈਕਿੰਡ ਦੀ ਵੀਡੀਓ ਵੀ ਜਾਰੀ ਕੀਤੀ ਗਈ। ਇਸ ਵੀਡੀਓ ਵਿੱਚ ਦਿਸਦਾ ਹੈ ਕਿ ਸ਼ੱਕੀ ਕਾਲੇ ਰੰਗ ਦੀ SUV ਵਿੱਚੋਂ ਗੈਸ ਸਟੇਸ਼ਨ ਦੇ ਬਾਹਰ ਨਿਕਲਦੇ ਹਨ ਤੇ ਫਿਰ ਭੱਜਦੇ ਹੋਏ ਦ੍ਰਿਸ਼ ਤੋਂ ਲੰਬੇ ਹੋ ਜਾਂਦੇ ਨੇ। ਫਿਰ ਇਸੇ ਤਰ੍ਹਾਂ ਭੱਜਦੇ ਹੋਏ ਆ ਕੇ ਗੱਡੀ ਵਿੱਚ ਬਹਿ ਕੇ ਚਲੇ ਜਾਂਦੇ ਨੇ। ਪੁਲਿਸ ਦਾ ਕਹਿਣਾ ਹੈ ਕਿ ਗੱਡੀ ਵਿੱਚੋਂ ਨਿਕਲ ਕੇ ਉਪਲ ਨੂੰ ਮਾਰਨ ਗਿਆ ਸੀ ਤੇ ਵਾਪਸ ਆ ਕੇ ਗੱਡੀ ਵਿੱਚ ਬੈਠ ਕੇ ਭੱਜ ਗਿਆ। ਥੋੜੀ ਦੇਰ ਬਾਅਦ ਪੁਲਿਸ ਨੂੰ ਕੁਝ ਦੂਰੀ ਤੇ ਇੱਕ ਗੱਡੀ ਮਿਲੀ ਜਿਸ ਨੂੰ ਅੱਗ ਲਾ ਦਿੱਤੀ ਗਈ ਸੀ ਪਰ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਕੀ ਇਹ ਉਹੀ ਕਾਲੀ BMW ਸੀ ਜਾਂ ਕੋਈ ਹੋਰ ਦੱਸਦਈਏ ਕਿ ਪੁਲਿਸ ਵੱਲੋਂ ਜਾਂਚ ਜਾਰੀ ਹੈ ਤੇ ਇਹ ਖਬਰ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਸਾਂਝੀ ਕੀਤੀ ਗਈ।